ਤੁਹਾਡੇ ਰੂਬਰੂ ਲੈ ਕੇ ਆਵਾਂਗੇ, ਤੁਹਾਨੂੰ ਆਵਾਂਗੇ ਹਰ ਅਪਡੇਟ ਤੁਹਾਡੇ ਨਾਲ ਸਾਂਝੀ ਕਰਾਂਗੇ। ਪਰ ਉਸ ਤੋਂ ਪਹਿਲਾਂ ਨਿਗਮ ਵਰਦਿਆਂ ਪੰਜਾਬ ਵੱਡੀਆਂ ਖਬਰਾਂ ਤੇ ਫਟਾਫਟ ਅੰਦਾਜ਼ ਦੇ ਵਿੱਚ। ਜਲੰਧਰ 'ਚ ਆਮ ਆਦਮੀ ਪਾਰਟੀ 'ਚ ਨੇ ਚੋਣਾਂ ਤੋਂ ਪਹਿਲਾਂ ਦਿੱਤਾ ਕਾਂਗਰਸ ਨੂੰ ਵੱਡਾ ਝਟਕਾ। ਕਾਂਗਰਸ ਦੇ ਕਈ ਆਗੂਆਂ ਨੂੰ ਆਮ ਆਦਮੀ ਪਾਰਟੀ 'ਚ ਕੀਤਾ ਸ਼ਾਮਲ। ਗੁਆਂਢੀਆਂ ਵਿਚਾਲੇ ਹੋਈ ਜ਼ਬਰਦਸਤ ਕੁੱਟਮਾਰ। ਇੱਕ ਗੁਆਂਢੀ ਨੇ ਦੂਜੇ ਗੁਆਂਢੀ ਤੇ ਕੀਤਾ ਹਮਲਾ। ਹਮਲੇ 'ਚ ਔਰਤ ਤੇ ਛੋਟਾ ਬੱਚਾ ਹੋਇਆ ਜ਼ਖਮੀ। ਜ਼ਖਮੀ ਔਰਤ ਨੂੰ ਨੇੜੇ ਹਸਪਤਾਲ ਕਰਵਾਇਆ ਗਿਆ, ਪਰ ਸਥਾਨਕ ਲੋਕਾਂ ਨੇ ਬਣਾਈ ਪੂਰੀ ਘਟਨਾ ਦੀ ਵੀਡੀਓ। ਫਿਰੋਜ਼ਪੁਰ 'ਚ ਚਾਈਨਾ ਡੋਰ ਦਾ ਕਹਿਰ ਰੱਖ ਤੇ ਫਿਰੇ ਚਾਈਨਾ ਡੋਰ। ਡੋਰ ਫਿਰਨ ਨਾਲ ਹੋਇਆ ਵਿਅਕਤੀ ਜ਼ਖਮੀ। ਜ਼ਖਮੀ ਨੂੰ ਸਿਵਲ ਹਸਪਤਾਲ ਕਰਵਾਇਆ ਗਿਆ ਦਾਖਲ। ਡਾਕਟਰ ਨੇ ਚਾਈਨਾ ਡੋਰ ਦੀ ਵਰਤੋਂ ਨਾ ਕਰਨ ਦੀ ਕੀਤੀ ਅਪੀਲ। ਪਾਰਕਿੰਗ ਦੇ 20 ਰੁਪਏ ਬਚਾਣੇ ਪਏ ਮਹਿੰਗੇ। ਪਾਰਕਿੰਗ ਅਟੈਂਡਰ ਤੇ ਚੜੀ ਕਾਰ, ਦੋਵਾਂ ਨੇ ਇੱਕ ਦੂਜੇ ਤੇ ਲਾਏ ਗੰਭੀਰ ਦੋਸ਼। ਰਿਸਰਚ ਮੁੜ ਤੋਂ ਦੇਖਿਆ ਗਿਆ ਪਾਕਿਸਤਾਨ ਡਰੋਨ ਲੋਪੋਗੇ ਇਲਾਕੇ 'ਚੋਂ ਸੁਣੀ ਗਈ ਡਰੋਨ ਦੀ ਆਵਾਜ਼। AK-47 ਤੋਂ ਕੁੱਲ 12 ਰਾਊਂਡ ਕੀਤੇ ਗਏ ਫਾਇਰ ਕਰ ਦਿੱਤਾ ਗਿਆ ਡਰੋਨ ਤੇ। 5 ਕਿਲੋ ਹੈਰੋਇਨ ਸਣੇ 2 ਗ੍ਰਿਫਤਾਰ। ਬਸੰਤ ਪੰਚਮੀ ਤੇ 26 ਜਨਵਰੀ ਦੀ ਤਿਆਰੀਆਂ ਸ਼ੁਰੂ। ਤੂਰੀ ਪੁਲਿਸ ਵੱਲੋਂ ਕੱਢਿਆ ਗਿਆ ਫਲੈਗ ਮਾਰਚ। ਬਾਜ਼ਾਰਾਂ, ਰੇਲਵੇ ਸਟੇਸ਼ਨ ਤੇ ਬੱਸ ਸਟੈਂਡ ਤੇ ਚੱਲ ਰਹੀ ਚੈਕਿੰਗ ਮੁਹਿੰਮ। ਭਾਰਤੀ ਜਨਤਾ ਯੁਵਾ ਮੋਰਚਾ ਦੀ ਮੁਹਿੰਮ, ਨਵੀਂ ਮੁਹਿੰਮ ਪਿੰਡ 'ਚ ਜਾਮ। ਸਰਹੱਦੀ ਲੋਕਾਂ ਨਾਲ ਕਰ ਰਹੇ ਮੁਲਾਕਾਤ, ਸਮੱਸਿਆਵਾਂ ਦੇ ਹੱਲ ਲਈ ਮੁਹਿੰਮ ਜਾਰੀ। ਨਿੱਜੀ ਤੇ ਸਰਕਾਰੀ ਹਸਪਤਾਲਾਂ ਦਾ ਤਾਲਮੇਲ ਜਲਦ ਸ਼ੁਰੂ ਹੋਵੇਗਾ। ਐਮਰਜੈਂਸੀ ਰਿਸਪਾਂਸ ਸਿਸਟਮ। ਡਾਕਟਰ ਬਲਬੀਰ ਸਿੰਘ ਨੇ ਭਗਤ ਸਿੰਘ ਨੂੰ ਕੀਤੀ ਭੇਟ ਸ਼ਰਧਾਂਜਲੀ। ਸਿਹਤ ਢਾਂਚੇ ਨੂੰ ਮਜ਼ਬੂਤ ਕਰਨ ਲਈ ਚੁੱਕੇ ਜਾ ਰਹੇ ਕਦਮ। ਰੇਲਵੇ ਸਟੇਸ਼ਨ ਦੇ ਨੇੜੇ ਖੜੀ ਗੱਡੀ ਨੂੰ ਲੱਗੀ ਭਿਆਨਕ ਅੱਗ। ਸਪਾਰਕਿੰਗ ਦੇ ਚੱਲਦਿਆਂ ਲੱਗੀ ਅੱਗ। ਕੁਝ ਮਿੰਟਾਂ 'ਚ ਸੜ ਗਈ ਕਾਰ, ਸਿਰਫ ਇੰਜਨ ਬਚਿਆ, ਬਾਕੀ ਗੱਡੀ ਸੜ ਕੇ ਸਵਾ। ਅੰਮ੍ਰਿਤਸਰ 'ਚ ਪਤੰਗਬਾਜ਼ੀ ਨੂੰ ਲੈ ਕੇ 2 ਧਿਰਾਂ ਦੇ ਵਿਚਾਲੇ ਝਗੜਾ। ਦੋਹਾਂ ਧਿਰਾਂ ਨੇ ਇੱਕ ਦੂਜੇ ਤੇ ਲਾਏ ਗੰਭੀਰ ਦੋਸ਼। ਸੀਸੀਟੀਵੀ ਤੋੜੇ ਗਏ ਤੇ ਮਾਮਲਾ ਕੀਤਾ ਗਿਆ ਦਰਜ। ਮੰਡੀ ਗੋਬਿੰਦਗੜ੍ਹ ਰੋਡ ਤੇ ਵਾਪਰਿਆ ਹਾਦਸਾ। ਸੜਕ ਹਾਦਸੇ 'ਚ ਇੱਕ ਦੀ ਮੌਤ, 4 ਲੋਕ ਜ਼ਖਮੀ। ਜ਼ਖਮੀਆਂ ਨੂੰ ਸਿਵਲ ਹਸਪਤਾਲ ਕਰਵਾਏਗਾ ਭਰਤੀ। ਪੁਲਿਸ ਕਰ ਰਹੀ ਮਾਮਲੇ ਦੀ ਜਾਂਚ। 26 ਜਨਵਰੀ ਦੀ ਪਰੇਡ ਤੋਂ ਪਹਿਲਾਂ ਡਰੈਸ ਰਿਹਰਸਲ ਕੀਤੀ ਗਈ ਹੈ। ਇਹ ਰਿਹਰਸਲ ਦਿੱਲੀ ਦੇ ਵਿੱਚ ਕੀਤੀ ਗਈ। ਕੁਝ ਖਾਸ ਤਸਵੀਰਾਂ ਆਈਆਂ ਸਾਹਮਣੇ। ਹੈਰੋਇਨ ਤਸਕਰੀ ਮਾਮਲੇ 'ਚ ਮਾਮਾ ਭਾਂਜਾ ਗ੍ਰਿਫਤਾਰ। ਵਿਦਿਆਰਥੀਆਂ ਦੇ ਕੋਲੋਂ 275 ਗ੍ਰਾਮ ਹੈਰੋਇਨ ਬਰਾਮਦ। ਪੁਲਿਸ ਨੇ ਮਾਮਲਾ ਕੀਤਾ ਦਰਜ, ਜਾਂਚ ਸ਼ੁਰੂ। ਚਾਈਨਾ ਡੋਰਾਂ ਦੀ ਵਰਤੋਂ ਨਾ ਕਰਨ ਦੀ ਅਪੀਲ। ਹੱਥਾਂ 'ਚ ਤਖਤੀਆਂ ਫੜ ਕੇ ਚਾਈਨਾ ਡੋਰ ਦੇ ਲਈ ਜਾਗਰੂਕ ਰੈਲੀ ਕੀਤੀ ਗਈ ਸ਼ੁਰੂ। ਰਿਕਸ਼ਾ ਤੇ ਲਾਊਡ ਸਪੀਕਰ ਲਗਾ ਕੇ ਅਨਾਊਂਸਮੈਂਟ ਕੀਤੀ ਗਈ। ਫਿਰੋਜ਼ਪੁਰ ਪੁਲਿਸ ਦੇ ਲੱਗੇ ਹੱਥ, ਵੱਡੀ ਕਾਮਯਾਬੀ। ਤਲਾਸ਼ੀ ਮੁਹਿੰਮ ਦੌਰਾਨ ਪਾਕ ਸਰਹੱਦ ਨੇੜੇ ਹੋਈ ਬਰਾਮਦਗੀ। ਇੱਕ ਪਿਸਟਲ, 2 ਮੈਗਜ਼ੀਨ, 12 ਰਾਊਂਡ, 2 ਕਿਲੋ ਹੈਰੋਇਨ ਬਰਾਮਦ। NDPS ਦੇ ਐਕਟ ਤਹਿਤ, ਆਰਮਜ਼ ਐਕਟ ਤਹਿਤ ਪੁਲਿਸ ਨੇ ਮਾਮਲਾ ਕੀਤਾ ਦਰਜ। ਪਾਰਕਿੰਗ ਦੇ ਠੇਕੇਦਾਰ 'ਚ ਜਾਲਸਾਜ਼ੀ ਦੇ ਦੋਸ਼। ਸ਼ਿਕਾਇਤਕਰਤਾ ਨੇ ਦੁਬਾਰਾ ਟੈਂਡਰ ਛੱਡਣ ਦੀ ਕੀਤੀ ਮੰਗ। ਸ਼ਿਕਾਇਤਕਰਤਾ ਨੇ ਕਿਹਾ ਸਭ ਤੋਂ ਵੱਧ ਬੋਲੀ ਲਗਾਉਣ ਵਾਲੇ ਨੂੰ ਠੇਕਾ ਨਹੀਂ ਦਿੱਤਾ ਗਿਆ। ਸ਼ਿਕਾਇਤਕਰਤਾ ਨੇ ਕਿਹਾ ਕਿ 5 ਠੇਕੇਦਾਰਾਂ ਨੇ ਟੈਂਡਰ 'ਚ ਲਿਆ ਸੀ ਇਸਦਾ। ਸ਼ਿਕਾਇਤਕਰਤਾ ਨੇ ਮਾਰਕੀਟ ਕਮੇਟੀ ਦੇ ਅਧਿਕਾਰੀਆਂ ਤੇ ਠੇਕੇ ਦੇਣ 'ਚ ਲੈਣ ਦੇਣ ਦਾ ਲਗਾਇਆ ਦੋਸ਼। ਸ਼ਿਕਾਇਤਕਰਤਾ ਨੇ ਕਿਹਾ ਪਾਰਕਿੰਗ ਦੇ ਠੇਕੇ ਕਾਰਨ ਸਰਕਾਰ ਨੂੰ ਹਰ ਮਹੀਨੇ 2 ਲੱਖ ਰੁਪਏ ਦਾ ਹੋਵੇਗਾ ਨੁਕਸਾਨ। ਇੱਕ ਸਾਲ ਵਿੱਚ ਸਰਕਾਰ ਨੂੰ 24 ਲੱਖ ਰੁਪਏ ਦਾ ਸਿੱਧਾ ਨੁਕਸਾਨ। ਮੌਸਮ ਵਿਭਾਗ ਅਨੁਸਾਰ ਅੱਜ ਮੌਸਮ 'ਚ ਹੋਵੇਗਾ ਬਦਲਾਅ। ਸ਼ਾਮ ਤੱਕ ਛਾਏ ਰਹਿਣਗੇ ਬੱਦਲ। ਮੰਗਲਵਾਰ ਨੂੰ ਮੀਂਹ ਪੈਣ ਦੀ ਸੰਭਾਵਨਾ। ਮੀਂਹ ਕਾਰਨ ਸਰਦੀ 'ਚ ਹੋਵੇਗਾ ਵਾਧਾ। ਬਰਫ ਦੀ ਸੰਘਣੀ ਚਾਦਰ ਨੇ ਲਾਹੌਰ ਸਪੀਤੀ ਦੇ ਪੰਗੀ, ਭਰਮੌਰ, ਕਿਨੌਰ, ਕੱਲੂ ਤੇ ਚੰਬਾ ਦੇ ਉੱਚੇ ਇਲਾਕਿਆਂ ਨੂੰ ਢੱਕਿਆ।
शिमला च बर्फबारी ने बदल दिता नजारा। बर्फबारी कारण सूबे च 275 सड़क 350 ट्रांसफार्म बंद। अटल सुरंग रोहतांग पास कुछ पास बरलाचा च हुई भारी बर्फबारी। केदारनाथ च बर्फबारी तो बाद मंदिर गया टक्क। विछ गई बर्फ की चादर। आसमान तो पै रही बर्फबारी लग रही काफी खूबसूरत। सैलानी बर्फबारी का लै रहे आनंद। चीन च कर कोरोना एक हफ्ते च 13,000 मौतां। बड़े खतरे की चेतावनी दे रहे 10 संकेत। आर्थिक संकट के विचकार पाकिस्तान दे विच रौला। इस्लामाबाद कराची पेशावर के 22 जिलों के विच बिजली बंद। न्यूजीलैंड के अगले प्रधानमंत्री बन गए क्रिस हिमबिंग। कोरोना च चंगा काम करके बनाई अपनी पहचान। जैसिंडा अर्डर्स दी लवेगी थां। भारत की तरजीह च गुआढ़ी देश सब तो उपर। जयशंकर ने कहा सी पहला श्रीलंका की कीति मदद, लोड़ पैण ते अगे भी करांगे मदद। अमरीकी राष्ट्रपतियां पति दियां फाइलां बिडेन दे करो फिर मिलियां 6 गुप्त फाइलां। 13 घंटे तक चली घर की तलाशी। बिडेन ने खुद बुलाई तलाशी करन लई जांच टीम। देश अते दुनिया च वध रहा कोरोना का खतरा। चीन की 80% आबादी कोरोना संक्रमित। विज्ञानियों ने कहा कि हुण नवी लहर आने की संभावना घट। सोमालिया ते अमेरिका का हवाई हमला। हमले च अल शबाब दे 33 लड़ाके गए मारे। अमरीकी अफ्रीकी कमांड ने दी इस बारे जानकारी। पांच महंगाई 41 साल के उच्च पद्धर से पहुंची। गैस और बिजली दी कीमतां वधियां। लोगों ने कहा बच्चों का पालन पोषण होया बेहद औखा। अमरीका च गैस चूल्हे ते पाबंदी लाने का विचार। बच्चों नूं है दमे सांह दी बीमारियों का खतरा। अमरीका च लगभग 30% घरां च गैस स्टोव की हुंदी है वरतों। तुर्की खिलाफ कुरान की कापी साड़न तो बाद स्वीडन च भड़की हिंसा। घटना तो बाद तुर्की ने की बड़ी कार्रवाई। स्वीडन के रक्षा मंत्री का दौरा रद्द। ब्राजील के बोलसोनारो समर्थकों के हंगामे ते राष्ट्रपति लुला डे ने लिया बड़ा एक्शन। राष्ट्रपति ने फौज मुखी नूं कीता बर्खास्त। जनरल टॉमस पाइवा नूं सौंपी फौज की कमान। पाकिस्तान च महंगाई का कहर। प्याज 5 गुणा महंगा हो रहा है। मुर्गी के पास मान छूरे ने लोग भूखे मरण लई मजबूर। रोहित शर्मा लई प्रशंसक दीवाने। खेड दौरान सुरक्षा घेरा तोड़ के एक बच्चा स्टेडियम च होया दाखिल। रोहित ने छोटे प्रशंसक नू लगाया गले। आस्ट्रेलियाई सबका कप्तान थे पुलिस ने की कार्रवाई। गर्लफ्रेंड के नाल कुटमार की वीडियो देख के पुलिस हरकत च दोवां नूं जुर्माना। भारतीय टीम ने जीती वनडे सीरीज। टीम इंडिया ने किया शानदार प्रदर्शन। इस तो पहला श्रीलंका नूं भी घरेलू मैदान से मिली हार। चंडीगढ़ च जिनसी शोषण के मामले च लोग आए समर्थन च। कांग्रेस ने मोमबत्ती मार्च कट के किया खेड प्रदर्शन। कांग्रेस ने प्रेस कॉन्फ्रेंस भी की। खेड मंत्रालय ने जांच कमेटी बनाई। सानिया मिर्जा ते अन्ना डेनिलना ने दी दूजे दौर च हार। दोवें खिडारना आस्ट्रेलियन ओपन महिला डबल्स 2023 तो बाहर। घरेलू क्रिकेट च काफी दौड़ा बनाने तो बाद भी सरफराज नूं टीम विच नहीं मिली जगह। चुनकारां दे रवैये ते उठ रहे सवाल। सरफराज ने जड़िया सैकड़ा। अज आथिया बनेगी केएल राहुल दी दुल्हन। शाम 4 बजे ज्योति सत जोड़ी लेवेगी 7 फेरे। जोड़े दे संगीत समारोह दियां तस्वीरां आईयां सामने। प्रियंका चोपड़ा पति निक जोनस दे ती मालती नाल मस्ती कर दी आई नजर। तस्वीरां सोशल मीडिया ते होईयां वायरल। प्रशंसक कर रहे खूब तारीफ।
शाहरुख खान की प्यारी सुहाना खान एयरपोर्ट से देखा गया, माघौरी खान भी आई नजर, ब्लू जीन्स के नाल कैजुअल क्रैप टॉप दच नजर आई सुहाना द ग्लैमर अंदाज। सिंगिंग रियलिटी शो सरेगामा पाच चैंप्स नौ दा बनिया जेतू, नौ साल दे जेत शेन दोहना ने जीत की हासिल, ट्रॉफी दे नाल जेत शेन ने नू 10 लाख रुपए। शाहरुख खान की एक झलक पाने लई सैकड़े प्रशंसक मन्नत दे सामने हुए इकट्ठे, तस्वीर सोशल मीडिया से हुई वायरल। टीवी अदाकारा दीपिका कक्कड़ ने शोएब मां बाप बन जा रहे ने जोड़े ने खास तरीके नाल प्रेगनेंसी का किया ऐलान, कहा यह है साड़ी जिंदगी का सब तो खूबसूरत दा। फिल्म सेल्फी दे ट्रेलर लॉन्च दौरान अक्षय कुमार दे प्रशंसकों ने दिता सरप्राइज, फैंस खिलाड़ी कुमार दे लुक च आए नजर, राउडी राठौड़ हाउसफुल चार बाला दे गेटअप च आए नजर। फिल्म पठान की एडवांस बुकिंग कारण टिकटा नहीं मिल रही, टिकटा ना मिलन कारण शाहरुख खान के फैंस ने परेशान, सोशल मीडिया से वीडियो शेयर करके की मदद की अपील। ती देवी पिता करण सिंह रोबर के मोढ़िया से बैठी आई नजर, बिपाशा बासु ने सोशल मीडिया से तस्वीर की शेयर, से कैप्शन च लिखा देवी दे पिता। हस्पताल के बाहर राखी सावंत की ओवर एक्टिंग नू देख लोग आए गुस्से च, यूजर्स ने इस नू नौटंकी कह के जमके कड़ी पड़ा, से एक यूजर ने लिखा है इस ओवर एक्टिंग कारण बॉलीवुड च नहीं चलिया करिया।